ਵਿੱਚ AU ਸਮਾਲ ਫਾਈਨੈਂਸ ਬੈਂਕ ਦਾ ਉਦਘਾਟਨ ਕੀਤਾ ਗਿਆ, ਜਿਸ ਵਿੱਚ ਸਾਰੇ ਹੀ ਸ਼ਹਿਰ ਦੇ ਪਤਵੰਤੇ ਸੱਜਣ, ਸਾਰੇ ਪਾਰਟੀਆਂ ਦੇ ਲੀਡਰ ਸਾਹਿਬਾਨ, MC ਸਾਹਿਬਾਨ, ਹੋਰ ਸਾਰੇ ਪ੍ਰਮੁੱਖ ਆਗੂਆਂ ਨੇ ਸ਼ਿਰਕਤ ਕੀਤੀ ਆ। ਪਹਿਲਾਂ ਤਾਂ ਸਾਰੇ ਹਲਕੇ ਵੱਲੋਂ, ਸਾਰੇ ਸ਼ਹਿਰ ਦੇ ਨਿਵਾਸੀਆਂ ਵੱਲੋਂ ਬੈਂਕ ਦੇ ਪ੍ਰਮੋਟਰਸ ਨੂੰ ਮਿਸਟਰ ਅਗਰਵਾਲ, ਜਿਹੜੇ ਕਿ ਪਿੱਛੋਂ ਰਾਜਸਥਾਨ ਤੋਂ ਨੇ, ਜਿਨ੍ਹਾਂ ਨੇ ਬੈਂਕ ਸ਼ੁਰੂ ਕੀਤੀ ਆ, ਅਤੇ ਇਸ ਬੈਂਕ ਨੇ ਪਹਿਲਾਂ ਫਾਈਨੈਂਸ ਕੰਪਨੀ ਸੀ, NBFC ਤੋਂ ਸ਼ੁਰੂ ਕਰਦੇ ਹੋਏ ਆਪਣਾ ਸਫ਼ਰ ਇਹ ਬੈਂਕ ਬਣ ਗਈ ਹੁਣ। ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਮਿਸਟਰ ਅਗਰਵਾਲ ਜੀ ਨੂੰ ਅਤੇ ਉਹਨਾਂ ਦੀ ਸਾਰੀ ਟੀਮ ਨੂੰ, ਕਰਕੇ ਉਹਨਾਂ ਨੇ ਬੜੇ ਥੋੜ੍ਹੇ ਸਮੇਂ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ। ਅਤੇ ਅੱਜ ਸਾਰੇ ਦੇਸ਼ ਵਿੱਚ ਆਪਣੀ ਜਿਹੜੀ ਹੈਗੀਆਂ ਇਸ ਬੈਂਕ ਦੀਆਂ AU ਸਮਾਲ ਫਾਈਨੈਂਸ ਬੈਂਕ ਦੀਆਂ ਬ੍ਰਾਂਚਸ ਖੋਲ੍ਹਣ ਜਾ ਰਹੇ ਆ। ਨਕੋਦਰ ਵਾਸਤੇ ਬੜਾ ਵੱਡਾ ਇੱਕ ਮੀਲ ਪੱਥਰ ਆ, ਜਿੱਥੇ ਪਹਿਲਾਂ ਵੀ ਆਪਣੇ ਦੇਸ਼ ਵਿੱਚ ਬਹੁਤ ਪ੍ਰਾਈਵੇਟ ਬੈਂਕਸ ਲੋਕਾਂ ਦੀ ਸੇਵਾ ਕਰ ਰਹੀਆਂ ਹਨ, ਉੱਥੇ ਇੱਕ ਹੋਰ ਬੈਂਕ ਦੇ ਆਉਣ ਨਾਲ ਜਿਹੜੇ ਨਕੋਦਰ ਦੇ ਵਪਾਰੀ ਨੇ, ਨਕੋਦਰ ਦੇ ਕਿਸਾਨ ਨੇ, ਜਾਂ ਨਕੋਦਰ ਦਾ ਉਦਯੋਗ ਆ, ਕੋਈ ਵੀ ਖੇਤਰ ਹੋਵੇ ਆਪਣੇ ਇਲਾਕੇ ਦਾ, ਉਹਨੂੰ ਇਸ ਬੈਂਕ ਦੇ ਆਉਣ ਨਾਲ ਬਹੁਤ ਜ਼ਿਆਦਾ ਫਾਇਦਾ ਹੋਊਗਾ। ਇਸ ਬੈਂਕ ਦੀ ਬੜੀ ਖਾਸੀਅਤ ਆ ਕਿ ਜਿਵੇਂ ਦੱਸਿਆ ਸਾਰੇ ਹੀ ਇੱਥੇ ਅਫਸਰ ਸਾਹਿਬਾਨਾਂ ਨੇ, ਕਿ ਇਹਨਾਂ ਦਾ ਜਿਹੜਾ ਵਿਆਜ ਦਾ ਰੇਟ ਆ, ਵਿਆਜ ਦਾ ਦਰ ਆ, ਉਹ ਬਾਕੀ ਸਾਰੀਆਂ ਬੈਂਕਾਂ ਨਾਲ ਜ਼ਿਆਦਾ ਆ। ਸੋ ਉਸ ਲਿਹਾਜ਼ ਨਾਲ ਜਿੱਥੇ ਵਪਾਰ ਵਾਸਤੇ, ਖੇਤੀ ਵਾਸਤੇ, ਕਿਸਾਨਾਂ ਲਈ, ਉਦਯੋਗ ਲਈ ਬੜਾ ਫਾਇਦਾ ਹੋਣਾ, ਉੱਥੇ ਜਿਹੜੇ ਆਪਣੇ ਲੋਕ ਪੈਸਾ ਜਮ੍ਹਾਂ ਕਰਾਉਣਾ ਚਾਹੁੰਦੇ ਨੇ, ਉਹ ਵੀ ਇੱਥੇ ਆ ਕੇ ਇਸ ਬੈਂਕ ਰਾਹੀਂ ਵੱਧ ਆਪਣਾ ਵਿਆਜ ਲੈ ਕੇ ਅਤੇ ਕਾਫੀ ਉਹਨਾਂ ਨੂੰ ਮੁਨਾਫਾ ਹੋ ਸਕਦਾ। ਹੋਰ ਵੀ ਨਵੇਂ ਨਵੇਂ ਤਰੀਕਿਆਂ ਦੇ ਨਾਲ, ਨਵੀਂ ਟੈਕਨੋਲੋਜੀ ਦੇ ਨਾਲ ਇਹਨਾਂ ਨੇ ਆਪਣਾ ATMs ਖੋਲ੍ਹਣ ਦਾ ਮਨ ਬਣਾਇਆ, ਜਿੱਥੇ ਬਾਇਓਮੈਟ੍ਰਿਕਸ ਦਾ ਇਸਤੇਮਾਲ ਕੀਤਾ ਜਾਣਾ ਆ, ਜਿੱਥੇ ਕੋਈ ਆਪਾਂ ਨੂੰ ATM ਕਾਰਡ ਦੀ ਚੋਰੀ ਚਾਰੀ ਦਾ ਵੀ ਨਹੀਂ ਖਦਸ਼ਾ ਹੁੰਦਾ, ਉਹ ਵੀ ਉਹ ਤੋਂ ਵੀ ਬਚ ਸਕਦੇ ਹਾਂ। ਜਿਹੜੇ ਕੋਈ ਬਜ਼ੁਰਗ ਨੇ, ਉਹਨਾਂ ਦੇ ਘਰ ਜਾ ਕੇ ਵੀ ਇਹ ਪੈਸੇ ਦੇਣ ਦਾ ਇਹਨਾਂ ਨੇ ਪ੍ਰਬੰਧ ਕੀਤਾ। ਆਪਾਂ ਕਹਿ ਸਕਦੇ ਮੋਬਾਈਲ ATMs ਸ਼ੁਰੂ ਕੀਤੇ ਨੇ, ਜਿਹੜੇ ਕਿ ਅੱਗੇ ਅਸੀਂ ਕਦੀ ਸੁਣੇ ਨਹੀਂ, ਨਾ ਦੇਖੇ ਆ, ਕਿਸੇ ਵੀ ਬੈਂਕ ਨੇ ਇੱਦਾਂ ਦੇ ATMs ਨਹੀਂ ਖੋਲ੍ਹੇ, ਜਿਹੜੀ ਕਿ AU ਸਮਾਲ ਫਾਈਨੈਂਸ ਬੈਂਕ ਖੋਲ੍ਹਣ ਜਾ ਰਹੇ ਆ। ਸੋ ਸਾਰੇ ਪੱਖਾਂ ਤੋਂ ਦੇਖਦੇ ਹੋਏ ਬੜੀ ਚੰਗੀ ਗੱਲ ਹੈ ਕਿ ਇਹਨਾਂ ਨੇ ਅੱਜ ਨਕੋਦਰ ਵਿੱਚ ਆਪਣੀ ਆਮਦ ਕੀਤੀ ਆ। ਪਹਿਲਾਂ ਵੀ ਇਹ ਐਜ਼ ਅ ਫਾਈਨੈਂਸ ਕੰਪਨੀ ਇੱਥੇ ਨਕੋਦਰ ਸ਼ਹਿਰ 'ਚ ਕਾਫੀ ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ। ਅਸੀਂ ਸਾਰੇ ਆਪਣੇ ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਆਏ ਨੇ, MC ਸਾਹਿਬਾਨ ਆਏ ਨੇ, ਸ਼ਹਿਰ ਦੇ ਉਦਯੋਗਪਤੀ ਆਏ ਨੇ, ਧਮਾਨ ਸਾਹਿਬ ਆ, ਹੋਰ ਸਾਰੇ ਕਿਸਾਨਾਂ ਤੋਂ ਵਿੱਚੋਂ ਵੀ ਬੜੇ ਪ੍ਰਮੁੱਖ ਕਿਸਾਨ ਆਏ ਨੇ, ਹੋਰ ਕਾਰੋਬਾਰੀ ਖੇਤਰਾਂ ਵਿੱਚੋਂ ਵੀ ਸਾਰੇ ਆਪਣੇ ਵਪਾਰ ਵਰਗ ਤੋਂ ਬੜੇ ਪ੍ਰਮੁੱਖ ਸ਼ਖਸੀਅਤਾਂ ਨੇ ਅੱਜ ਇੱਥੇ ਹਾਜ਼ਰੀ ਲਾਈ ਹੈ। ਸਾਰਿਆਂ ਵੱਲੋਂ ਮੈਂ ਜਿਹੜੇ ਬੈਂਕ ਦੇ ਪ੍ਰਮੋਟਰਸ ਨੇ, ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਇਹ ਬੈਂਕ ਜਿੱਥੇ ਲੋਕ ਹਿੱਤ ਵਿੱਚ ਸੇਵਾ ਕਰੂਗੀ, ਲੋਕਾਂ ਦੀ ਸੇਵਾ ਵੱਧ ਚੜ੍ਹ ਕੇ ਕਰਨਗੇ, ਲੋਕਾਂ ਨੂੰ ਚੰਗੀਆਂ ਬੈਂਕਿੰਗ ਸਹੂਲਤਾਂ ਦੇਣਗੇ, ਉੱਥੇ ਨਾਲ ਨਾਲ ਇਹ ਬੈਂਕ ਤਰੱਕੀ ਵੀ ਕਰੂਗੀ, ਆਉਣ ਵਾਲੇ ਸਮੇਂ 'ਚ ਹੋਰ ਅੱਗੇ ਵਧੂਗੀ। ਇਹ ਸਾਡੇ ਸਾਰਿਆਂ ਦੀ, ਆਪਣੇ ਸਾਥੀਆਂ ਦੀ, ਆਪਣੇ ਹਲਕੇ ਵੱਲੋਂ, ਸਾਰਿਆਂ ਵੱਲੋਂ ਕਾਮਨਾ ਆ ਅਤੇ ਅਰਦਾਸ ਕਰਦੇ ਹਾਂ ਕਿ ਇਹ ਬੈਂਕ ਹੋਰ ਵੀ ਦਿਨ ਦੁੱਗਣੀ ਰਾਤ ਚੰਗੀ ਤਰੱਕੀ ਕਰੇ, ਅਤੇ ਇਹਨਾਂ ਨੂੰ ਇੱਥੇ ਆਉਣ 'ਤੇ ਸਾਰੇ ਆਪਣੇ ਬੈਂਕ ਦੇ ਜਿੰਨੇ ਅਫਸਰ ਸਾਹਿਬਾਨ ਆਏ ਨੇ, ਸਾਰੇ ਆਪਣੇ ਰੀਜਨਲ ਇੰਚਾਰਜਿਸ ਆ, ਕਲੱਸਟਰ ਹੈੱਡਸ ਆਏ ਨੇ, ਇਕੱਲੇ ਇਕੱਲੇ ਦਾ ਨਾਮ ਨਾ ਲੈ ਸਕਿਆ, ਖਿਮਾ ਕਰਿਓ, ਅਤੇ ਸਭ ਨੂੰ ਇੱਥੇ ਆਉਣ 'ਤੇ ਜੀ ਆਇਆਂ ਆਖਦਾ। ਫਿਰ ਆਪਣੇ ਵੱਲੋਂ ਸਾਰੇ ਹਲਕੇ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ AU ਸਮਾਲ ਫਾਈਨਾਂਸ ਬੈਂਕ ਨਕੋਦਰ ਵਿੱਚ ਆਈ ਹੈ। ਇਹਨਾਂ ਦੇ ਮੈਨੇਜਰ ਸਾਹਿਬ ਨੇ ਜੋ ਵੀ ਇਹਦੇ ਸਕੀਮਸ ਬਾਰੇ ਦੱਸਿਆ, ਮੈਂ ਬੜਾ ਇਸ ਚੀਜ਼ ਤੋਂ ਇੰਪ੍ਰੈਸ ਹੋਇਆ, ਔਰ ਮੈਂ ਉਮੀਦ ਕਰਦਾ ਵੀ ਸ਼ਹਿਰ ਵਾਸੀ ਵੱਧ ਤੋਂ ਵੱਧ ਇੱਥੇ ਡਿਪੋਜ਼ਿਟ ਵੀ ਕਰਾਉਣਗੇ, ਆਪਣੇ ਲੋਨਸ ਵਗੈਰਾ ਵੀ ਲੈਣਗੇ, ਜਿਹੜਾ ਕਿ ਸ਼ਹਿਰ ਦੇ ਵਪਾਰੀਆਂ ਨੂੰ ਜਾਂ ਹਰੇਕ ਵਰਗ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇ। ਧੰਨਵਾਦ।